ਆਪਾਂ ਜਿਹੜਾ ਸਾਲ ਲਾਇਆ ਨਾ ਇਹਦੇ ਤੇ ਕੰਮ ਤੇ ਉਹਦਾ ਸਾਨੂੰ ਲੱਗਦਾ ਵੀ ਕੀਮਤ ਮਿਲਦੀ ਜੇ ਕੋਈ ਪ੍ਰਾਈਜ਼ ਨਾ ਨਾ ਆਵੇ ਤਾਂ ਹੁੰਦਾ ਤਾਂ ਕੁਛ ਨਹੀਂ ਪ੍ਰਾਈਜ਼ ਤਾਂ ਹੁਣ ਮੇਰੀ ਉਮਰ 62 ਸਾਲ ਦੀ ਹੈ ਸਰਟੀਫਿਕੇਟ ਮੈਂ ਕੀ ਕਰਨਾ ਮੈਂ ਅੱਗੇ ਨੌਕਰੀ ਤਾਂ ਲੈਣੀ ਨਹੀਂ ਅਤੇ ਥੋੜ੍ਹਾ ਜਿਹਾ ਹੌਸਲਾ ਵੱਧ ਜਾਂਦਾ ਬੰਦੇ ਦਾ ਕੰਮ ਕਰਨ ਦਾ ਵੀ ਮੈਂ ਜੋ ਕੀਤਾ ਵਧੀਆ ਕੀਤਾ ਅੰਕਲ ਜੀ ਤੁਸੀਂ ਦੱਸਿਆ ਵੀ ਤੁਹਾਡੀ ਉਮਰ ਹੋ ਗਈ ਤੁਹਾਨੂੰ ਸਰਟੀਫਿਕੇਟ ਦੇ ਨਾਲ ਕੋਈ ਹੈ ਨਹੀਂ ਇੰਨਾ ਪਿਆਰ ਪਰ ਕਹਿ ਲਓ ਵੀ ਇੱਕ ਸ਼ੌਂਕ ਜਿਹੜਾ ਤੁਸੀਂ ਹਰ ਸਾਲ ਇੱਥੇ ਪਹੁੰਚਦੇ ਹੋ ਲੋਕ ਜਿਹੜੇ ਨੇ ਦੇਖਣ ਵਾਸਤੇ ਪਹੁੰਚਦੇ ਨੇ ਅਤੇ ਤੁਸੀਂ ਵੈਸੇ ਕੀ ਕਰਦੇ ਹੋ ਮੈਂ ਗੈਸ ਦੇ ਚੁੱਲ੍ਹੇ ਰਿਪੇਅਰ ਕਰਦਾ ਅੱਛਾ ਜੀ ਮੇਰੀ ਘੁਮਾਰ ਮੰਡੀ ਸ਼ੌਂਕ ਆ ਮੈਂ ਰਿਪੇਅਰ ਗੈਸ ਦੇ ਚੁੱਲ੍ਹੇ ਕੁੱਕਰ ਵਗੈਰਾ ਮੈਂ ਸਾਰਿਆਂ ਨੂੰ ਦੱਸਦਾ ਆਮ ਕਰਕੇ ਨਾ ਜਿਹੜਾ ਗੈਸ ਦੇ ਚੁੱਲ੍ਹੇ ਰਿਪੇਅਰ ਕਰਨ ਵਾਲਾ ਦੱਸੂਗਾ ਨਹੀਂ ਉਹ ਵੀ ਮੇਰੀ ਇੱਥੇ ਟੌਹਰ ਬਣੀ ਸੀ ਮੈਂ ਕਿਉਂ ਦੱਸਾਂ ਗੈਸ ਦੇ ਚੁੱਲ੍ਹੇ ਰਿਪੇਅਰ ਕਰਨਾ ਮੈਂ ਜਾਣ ਕੇ ਦੱਸਦਾ ਵੀ ਫਲੋਰੀਕਲਚਰ ਦੀ ਤੁਹਾਨੂੰ MSc ਜਾਂ PhD ਕਰਨੀ ਕੋਈ ਜ਼ਰੂਰੀ ਨਹੀਂ ਹੈਗਾ ਜੇ ਬੈਸਟ ਪਾਰਟ ਆਫ ਦਾ ਸ਼ੋ ਇੱਕ ਗੈਸ ਦੇ ਚੁੱਲ੍ਹੇ ਰਿਪੇਅਰ ਕਰਨ ਵਾਲੇ ਦਾ ਬਣ ਸਕਦਾ ਇੱਥੇ ਤਾਂ ਸਾਰਿਆਂ ਦੇ ਜਿੰਨੇ ਇੱਥੇ ਸਾਰੇ ਫੁੱਲ ਪਏ ਸਭ ਤੋਂ ਬੈਸਟ ਆਇਆ ਉਹ ਮੇਰਾ ਆਇਆ ਠੀਕ ਆ ਮੈਂ ਗੈਸ ਦੇ ਚੁੱਲ੍ਹੇ ਰਿਪੇਅਰ ਕਰਦਾ ਜਾਂ ਮੇਰੇ ਕੋਲ ਤਾਂ PhD ਸਟੂਡੈਂਟ MSc ਸਟੂਡੈਂਟ ਮੇਰੀ ਦੁਕਾਨ 'ਤੇ ਉਹ ਮੇਰੇ ਤੋਂ ਸਿੱਖਦੇ ਆ ਮੈਂ ਉਹਨਾਂ ਨੂੰ ਦੱਸੀ ਜਾਂਦਾ ਅਤੇ ਨਾਲ ਚੁੱਲ੍ਹੇ ਰਿਪੇਅਰ ਕਰੀ ਜਾਂਦਾ ਹੈੱਡ ਸਾਹਿਬ ਮੇਰੇ ਕੋਲ ਆਏ ਦੁਕਾਨ 'ਤੇ ਯੂਨੀਵਰਸਿਟੀ ਦੇ ਫਲੋਰੀਕਲਚਰ ਡਿਪਾਰਟਮੈਂਟ ਦੇ ਹੁਣ ਹੈ ਨਹੀਂ ਮੈਂ ਨਾਂ ਨਹੀਂ ਦੱਸਣਾ ਉਹਨਾਂ ਦਾ ਉਹ ਮੈਨੂੰ ਕਹਿੰਦੇ ਅਮਿੰਦਰਪਾਲ ਸਿੰਘ ਇਹਨੂੰ ਕੀ ਕਰਦਾ ਉਹ ਲਿਖੀ ਜਾਂਦੇ ਸੀ ਮੈਨੂੰ ਉੱਦਣ ਐਂ ਲੱਗਦਾ ਸੀ ਜਿਵੇਂ ਮੈਂ ਹੈੱਡ ਬਣ ਗਿਆ ਯੂਨੀਵਰਸਿਟੀ ਫਲੋਰੀਕਲਚਰ ਡਿਪਾਰਟਮੈਂਟ ਦਾ ਤਾਂ ਇਸ ਫਲਾਰ ਸ਼ੋਅ ਦੇ ਵਿੱਚ ਪਹੁੰਚਣ ਵਾਲੇ ਅੰਕਲ ਜੀ ਜਿਹੜੇ ਕਿ ਅਸੀਂ ਪਿਛਲੇ ਸਾਲ ਵੀ ਅੰਕਲ ਨੂੰ ਦਿਖਾਇਆ ਸੀ ਅਤੇ ਇਹਨਾਂ ਦੀ ਜਿਹੜੀ ਹੈ ਪ੍ਰੈਜੈਂਟੇਸ਼ਨ ਦੇਖ ਕੇ ਹਰ ਕੋਈ ਇੱਥੇ 10-15 ਮਿੰਟ ਤਾਂ ਮੈਨੂੰ ਲੱਗਦਾ ਖੜਾ ਦੇਖਦਾ ਹੀ ਰਹਿ ਜਾਂਦਾ ਓਵਰਆਲ ਬੈਸਟ ਪ੍ਰਾਈਜ਼ ਹਮੇਸ਼ਾ ਲੈ ਕੇ ਜਾਂਦੇ ਨੇ ਅੱਜ ਫਿਰ ਇਹਨਾਂ ਨੂੰ ਬੈਸਟ ਪ੍ਰਾਈਜ਼ ਮਿਲ ਚੁੱਕਿਆ ਅੰਕਲ ਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਬਹੁਤ ਵਧੀਆ ਜੀ ਮਜ਼ਾ ਆ ਗਿਆ ਮਤਲਬ ਆਪਾਂ ਜਿਹੜਾ ਸਾਲ ਲਾਇਆ ਨਾ ਇਹਦੇ 'ਤੇ ਕੰਮ 'ਤੇ ਉਹਦਾ ਸਾਨੂੰ ਲੱਗਦਾ ਵੀ ਕੀਮਤ ਮਿਲ ਗਈ ਜੇ ਕੋਈ ਪ੍ਰਾਈਜ਼ ਨਾ ਨਾ ਆਵੇ ਤਾਂ ਹੁੰਦਾ ਤਾਂ ਕੁਛ ਨਹੀਂ ਪ੍ਰਾਈਜ਼ ਤਾਂ ਹੁਣ ਮੇਰੀ ਉਮਰ 62 ਸਾਲ ਦੀ ਹੈ ਸਰਟੀਫਿਕੇਟ ਮੈਂ ਕੀ ਕਰਨਾ ਮੈਂ ਅੱਗੇ ਨੌਕਰੀ ਤਾਂ ਲੈਣੀ ਨਹੀਂ ਅਤੇ ਥੋੜ੍ਹਾ ਜਿਹਾ ਹੌਸਲਾ ਵੱਧ ਜਾਂਦਾ ਬੰਦੇ ਦਾ ਕੰਮ ਕਰਨ ਦਾ ਵੀ ਮੈਂ ਜੋ ਕੀਤਾ ਵਧੀਆ ਕੀਤਾ ਕੱਲ੍ਹ ਮੈਂ ਨਾ 2 ਬਣਾਏ ਸੀ ਇੱਕ ਇੱਦਾਂ ਦਾ ਬਣਾਇਆ ਸੀ ਕਿੱਥੇ ਬਣਾਇਆ ਸੀ ਅਤੇ ਮੇਰਾ ਬੜਾ ਵਧੀਆ ਨਹੀਂ ਸੀ ਲੱਗਾ ਮੈਨੂੰ ਆਪ ਨੂੰ ਅਤੇ ਸਵੇਰੇ 3:45 'ਤੇ ਮੇਰੀ ਜਾਗ ਖੁੱਲ੍ਹ ਗਈ ਮੈਨੂੰ ਉਹੀ ਯਾਦ ਸੀ ਆ ਕੇ ਕਰਨਾ ਸਭ ਨੂੰ ਪਹਿਲਾਂ ਮੈਂ ਇੱਥੋਂ ਇੱਟਾਂ ਚੋਰੀ ਕੀਤੀਆਂ ਅਤੇ ਫਿਰ ਇੱਥੇ ਆ ਕੇ ਲਾਇਆ ਫਿਰ ਮੈਂ ਆਹ ਜਿਹੜੇ ਤੁਹਾਨੂੰ ਦਿਸ ਰਿਹਾ ਨਾ ਇਹ ਸਾਰਾ ਕੰਮ ਆਹ ਪੀਲੇ ਫੁੱਲਾਂ ਦਾ ਕੰਮ ਆਹ ਪੀਲਾ ਫੁੱਲ ਉਹ ਪੀਲਾ ਫੁੱਲ ਉਹ ਤਕੋਨ ਬਣੀ ਹੋਈ ਹੈ ਨਾ ਆਹ ਜੇ ਉੱਠਦਾ ਪੀਲੇ ਨਾ ਉੱਠਿਆ ਹੋਇਆ ਉਹ ਚਿੱਟੇ ਨਾ ਉੱਠਿਆ ਚਿੱਟੇ ਅਤੇ ਪੀਲੇ ਦਾ ਕਮਾਲ ਜ਼ਿਆਦਾ ਹੁੰਦਾ ਜੇ ਤੁਸੀਂ ਮਤਲਬ ਕਿ ਸੈੱਟ ਕਰਕੇ ਲਗਾਓ ਆਹ ਚਿੱਟ ਪੀਲਾ ਉਹਦੇ ਨਾਲ ਪੀਲੇ ਦੇ ਲਾ ਕੇ ਫਿਰ ਨਹੀਂ ਚਚੂਗਾ ਮਤਲਬ ਉੱਦਾਂ ਸੈੱਟ ਕਰਕੇ ਲਾਉਣਾ ਫਿਰ ਵਧੀਆ ਲੱਗਦਾ ਹੈ ਟ੍ਰਾਇੰਗਲ ਬਣਾਇਆ ਹੋਇਆ ਪਹਿਲਾਂ ਇੱਕ ਦੇਖੋ ਤੁਸੀਂ ਯੈਲੋ ਟ੍ਰਾਇਐਂਗਲ ਫਿਰ ਉਸ ਤੋਂ ਬਾਅਦ ਅੰਦਰ ਜਿਹੜੇ ਪ੍ਰੈਜੈਂਟੇਸ਼ਨ ਬਾਕੀ ਫੁੱਲਾਂ ਦੀ ਨਾਲ ਉੱਠ ਰਹੇ ਨੇ ਜਿਹੜੇ ਫਿਰ ਵਾਈਟ ਇੱਕ ਬਣਾਇਆ ਹੋਇਆ ਇੱਕ ਤਿਕੋਣ ਫਿਰ ਵਿੱਚ ਯੈਲੋ ਫਿਰ ਉੱਠ ਕੇ ਆ ਰਹੇ ਆ ਆ ਦੇਖੋ ਨਾ ਇਹਦੀ ਉਹਦੀ ਉਹ ਬਿਲਕੁਲ ਇਹ ਤੁਹਾਨੂੰ ਨਾਲ ਤੁਸੀਂ ਫੁੱਲ ਲਗਾਉਣੇ ਫਿਰ ਤੁਹਾਡੀ ਡਰਾਇੰਗ ਵੀ ਚੰਗੀ ਹੋਣੀ ਚਾਹੀਦੀ ਪ੍ਰੈਜੈਂਟੇਸ਼ਨ ਵਧੀਆ ਹੋਣੀ ਚਾਹੀਦੀ ਫਿਰ ਵਧੀਆ ਇਹ ਸਾਰੀ ਗਲਤੌਦੀ ਨਾ ਜਚਾਣ 'ਤੇ ਆ ਤੁਸੀਂ ਇਹਨੂੰ ਗਮਲੇ ਨੂੰ ਕੱਢ ਕੇ ਇੱਥੇ ਰੱਖ ਦਿਓ ਭੋਰਾ ਵੀ ਚੰਗਾ ਨਹੀਂ ਲੱਗੂਗਾ ਜਦੋਂ ਨਾਲ ਜੋੜ ਕੇ ਤੁਸੀਂ ਕਲਰ ਵਾਈਜ਼ ਲਾਉਂਦੇ ਨਾ ਅਤੇ ਥੋੜ੍ਹਾ ਜਿਹਾ ਐਂ ਛਤਰੀ ਵਾਈਜ਼ ਲਾਉਂਦੇ ਆ ਅਤੇ ਫਿਰ ਬਹੁਤ ਵਧੀਆ ਲੱਗਦਾ ਅੰਕਲ ਜੀ ਤੁਸੀਂ ਦੱਸਿਆ ਵੀ ਤੁਹਾਡੀ ਉਮਰ ਹੋ ਗਈ ਤੁਹਾਨੂੰ ਸਰਟੀਫਿਕੇਟ ਦੇ ਨਾਲ ਕੋਈ ਹੈ ਨਹੀਂ ਇੰਨਾ ਪਿਆਰ ਪਰ ਕਹਿ ਲਓ ਵੀ ਇੱਕ ਸ਼ੌਂਕ ਜਿਹੜਾ ਤੁਸੀਂ ਹਰ ਸਾਲ ਇੱਥੇ ਪਹੁੰਚਦੇ ਹੋ ਲੋਕ ਜਿਹੜੇ ਨੇ ਦੇਖਣ ਵਾਸਤੇ ਪਹੁੰਚਦੇ ਨੇ ਅਤੇ ਤੁਸੀਂ ਵੈਸੇ ਕੀ ਕਰਦੇ ਹੋ ਮੈਂ ਗੈਸ ਦੇ ਚੁੱਲ੍ਹੇ ਰਿਪੇਅਰ ਕਰਦਾ ਅੱਛਾ ਜੀ ਮੇਰੀ ਘੁਮਾਰ ਮੰਡੀ ਸ਼ੌਪ ਆ ਮੈਂ ਰਿਪੇਅਰ ਗੈਸ ਦੇ ਚੁੱਲ੍ਹੇ ਕੁੱਕਰ ਵਗੈਰਾ ਮੈਂ ਸਾਰਿਆਂ ਨੂੰ ਦੱਸਦਾ ਆਮ ਕਰਕੇ ਨਾ ਜਿਹੜਾ ਗੈਸ ਦੇ ਚੁੱਲ੍ਹੇ ਰਿਪੇਅਰ ਕਰਨ ਵਾਲਾ ਦੱਸੂਗਾ ਨਹੀਂ ਉਹ ਵੀ ਮੇਰੀ ਇੱਥੇ ਟੌਹਰ ਬਣੀ ਸੀ ਮੈਂ ਕਿਉਂ ਦੱਸਾਂ ਗੈਸ ਦੇ ਚੁੱਲ੍ਹੇ ਰਿਪੇਅਰ ਕਰਦਾ ਮੈਂ ਜਾਣ ਕੇ ਦੱਸਦਾ ਵੀ ਫਲੋਰੀਕਲਚਰ ਦੀ ਤੁਹਾਨੂੰ MSc ਜਾਂ PhD ਕਰਨੀ ਕੋਈ ਜ਼ਰੂਰੀ ਨਹੀਂ ਹੈਗਾ ਜੇ ਬੈਸਟ ਪਾਰਟ ਆਫ ਦਾ ਸ਼ੋਅ ਇੱਕ ਗੈਸ ਦੇ ਚੁੱਲ੍ਹੇ ਰਿਪੇਅਰ ਕਰਨ ਵਾਲੇ ਦਾ ਬਣ ਸਕਦਾ ਇੱਥੇ ਤਾਂ ਸਾਰਿਆਂ ਦੇ ਜਿੰਨੇ ਇੱਥੇ ਸਾਰੇ ਫੁੱਲ ਪਏ ਸਭ ਤੋਂ ਬੈਸਟ ਆਇਆ ਉਹ ਮੇਰਾ ਆਇਆ ਠੀਕ ਆ ਮੈਂ ਗੈਸ ਦੇ ਚੁੱਲ੍ਹੇ ਰਿਪੇਅਰ ਕਰਦਾ ਤਾਂ ਮੇਰੇ ਕੋਲ ਤਾਂ PhD ਸਟੂਡੈਂਟ MSc ਸਟੂਡੈਂਟ ਮੇਰੀ ਦੁਕਾਨ 'ਤੇ ਉਹ ਮੇਰੇ ਤੋਂ ਸਿੱਖਦੇ ਆ ਮੈਂ ਉਹਨਾਂ ਨੂੰ ਦੱਸੀ ਜਾਂਦਾ ਅਤੇ ਨਾਲ ਚੁੱਲ੍ਹੇ ਰਿਪੇਅਰ ਕਰੀ ਜਾਂਦਾ ਹੈੱਡ ਸਾਹਿਬ ਮੇਰੇ ਕੋਲ ਆਏ ਦੁਕਾਨ 'ਤੇ ਯੂਨੀਵਰਸਿਟੀ ਦੇ ਫਲੋਰੀਕਲਚਰ ਡਿਪਾਰਟਮੈਂਟ ਦੇ ਹੁਣ ਹੈ ਨਹੀਂ ਮੈਂ ਨਾਂ ਨਹੀਂ ਦੱਸਣਾ ਉਹਨਾਂ ਦਾ ਉਹ ਮੈਨੂੰ ਕਹਿੰਦੇ ਅਮਿੰਦਰਪਾਲ ਸਿੰਘ ਇਹਨੂੰ ਕੀ ਕਰਦਾ ਉਹ ਲਿਖੀ ਜਾਂਦੇ ਸੀ ਮੈਨੂੰ ਉੱਦਣ ਐਂ ਲੱਗਦਾ ਸੀ ਜਿਵੇਂ ਮੈਂ ਹੈੱਡ ਬਣ ਗਿਆ ਯੂਨੀਵਰਸਿਟੀ ਫਲੋਰੀਕਲਚਰ ਡਿਪਾਰਟਮੈਂਟ ਦਾ ਮਤਲਬ ਜੇ ਤੁਸੀਂ ਲਗਨ ਨਾਲ ਕੰਮ ਕਰਦੇ ਮੈਂ 3-3-4-4 ਘੰਟੇ ਇਹਨਾਂ ਵਿੱਚ ਬੈਠਾ ਰਹਿਣਾ ਮੈਂ ਰੋਟੀ ਵੀ ਇਹਨਾਂ ਦੇ ਵਿੱਚ ਬੈਠ ਕੇ ਖਾਂਦਾ ਮੈਂ ਰੋਟੀ ਜਦੋਂ ਖਾਣੀ ਹੈ ਨਾ ਤਾਂ ਟੇਬਲ ਨਹੀਂ ਲੈਣਾ ਕੁਰਸੀ ਨਹੀਂ ਲੈਣੀ ਗਮਲਾ ਮੁੱਦਾ ਮਾਰਨਾ ਵੀ ਉਹ ਜਿਹੜੀ
मेरी डाइनिंग टेबल वाली लुक ये ना आवे, मेरे फीलिंग उ आवे मैं बूटिया बैठा वो फिर थोड़े बूटे बहुत वधिया हो जाते। तीन तीन चार चार घंटे इन्हों बतीत कर दो कह लो भी एक तुहाडी लाइफ का एक हिस्सा बन चुके है अते इन्हां नूं गाण दे विच ते इहदी केयर दे विच कितना कुछ समा तुहानूं लग गया सी? इहनू मेरे ख्याल 7 महीने लग गए। आम ना सारे कटिंग तो कम लेंदे, मैं सक्कर तो कम लैंदा। सक्कर ना थोड़ा जिहा जिवें आपां पुदीने किसी नूं कहीए आपां पुदीने की जड़ दे दिओ मैनूं, उह पुदीना पट के सने जड़ दे दिंदा। मैं उस तरह की कटिंग लैंदा, वह थोड़ी जी स्टैम उहदी मोटी हुंदी है ते इहदी जे थोनू मतलब के जे तुसीं 3 पिंचिंगां कीतियां मैनूं 4 पिंचिंगां मिल जाणियां। जे थोड़ी 3 पिंचिंग लास्ट पिंचिंग ते 200 फुल आ मेरे 400 हो जाणे। तो आम सक्कर दा सक्कर नाल ना फुल थोड़े जे घट आउंदे। मैनूं इह एक्सपीरियंस हो गया होया भी सक्कर तो कटिंग वाले फुल किदां लैणे आ, ते मैं उस करके मैं जित जांदा हर वेले। ते अंकल जी किस्म किहड़ी है कि फुल्लां दा नाम की रख्या होया की कहिंदे आ इहनूं? इनू गार्डन मम भी बोलते हैं, मुलती फलोरा वरायटी है, बाहरली वरायटी इतने की नहीं हैगी। मैं लगता भी जिन्होंने गुलदौती उगानी आ गई ना वो दुनिया का कोई भी फुल उगा सकता है। यदा हर रोज़ कोई ना कोई पंगा होंगे, कदे इनू कीड़ा लग गया, कदे वध पानी पै गया, कदे मीह पै गया, कदे ज्यादा धुप लग गई, नैट लाओ ये लाओ, मतलब के जो तुम कम लगे रहना ना दुनिया तो मतलब के नोटा तो कट ऑफ होना तो आ लाने शुरू कर दो, थोड़े टाइम कदों निकल जाता कोई पता नहीं लगता। कहते फुला रंग जो देखने को मिल जाए तो होर बहुत सोहनिया चीज़ा लगन जा आसे पासे की चीज़ा। तुम ये देख रहे हो ये डबल कलर है, डबल शेड आ रहे, कुदरत है जी कि कह लो भी एक सुनेहा देती है कि साड़ी कुदरत नू बचा के रखो, क्योंकि असी अजकल दी लाइफ इन्ने बिजी हो जाने सब चीज़ों वाल ध्यान नहीं जाता, पर जो साल बाद फैसटिवल लगता उदो सारे पहुँचते देखने। हाँ जी हाँ जी, बड़ा मज़ा आता इतने हूँ जिन्हें पहुंचे। वैसे तो मैं मैनू बड़ा अफसोस भी लुधियाने की इन्नी आबादी है फुलों इतने नोटों के शौकीन ज्यादा है फुल चंडीगढ़ है, चंडीगढ़ च फुलों के शौकीन बहुत है, लुधियाने घट है। पिछले मैं पटियाले शो लगाया तो उत्थे दे बीसी साहब मैंने कहना मिंदरपाल सिंह तू पहला क्यों नहीं आया, मेरे 6 एंट्रियां से 6 ही इनाम से मेरे 6 ही फर्स्ट प्राइज से, तो कहते पहला क्यों नहीं आया तू। मैं क्या जी मैं तो एक मैसेज लैके आया, तो वो जो बीसी साहब आते हैं तो नाल वो मीडिया कर्मचारी TV2B वाले सारे होंगे, वो बीसी साहब कहते सारे चुप करो तुम ये तो मिंदरपाल का मैसेज सुनो। मैं क्या जी आम लोगों की धारणा है भी लुधियाने फैक्ट्री इंडस्ट्री बहुत है, ये तो धुआं उड़ाने वाले है, तो प्रदूषण फैलाने वाले। मैं क्या असं फुल भी उगाने असं महकां भी फैलाने, तो उत्थे वो ताड़ियाँ इन्नी बजिया ना मैं अज भी जो मैं ये लाइन बोला तो मैं वो ताड़ियों की आवाज़ हूँ भी सुनती। एक इमोशन जुड़ जाता है क्योंकि इन्हें मेहनत कहते फुलों बच्चों वगू पालते हजे भी बहुत लोग ने जी अपनी क्यारियां सजा के रखते घर महक उन्होंने आदि रहा फुल। हाँ जी हाँ जी ये तो है ही है जी, ये तो बच्चों वगू पालने पे हर रोज़ मतलब कि आप बच्चे इन्ना ध्यान नहीं देखते केयर नहीं करते जिनी इन्हों की करनी पैंती। कद जो मीह पै गया ना जिन्हें मीह पे उन्निया मैं गुड्डिया कीतिया, अच्छा गुड्डी भी करनी फिर ए खुरपा नहीं मारना, फिर मैं एडा मेरे को लंबा खुरपा है सरिया टाइप जी। मैं 3-4 मोरियां कर देनियां बिच तां के थले तक जिहड़ा पानी खड़ गया ना उहदे च हवा पै जाए। बिल्कुल इहदे च मेरे हिसाब नाल 80-85% पानी का कम। हाँ जी हाँ जी, भी पानी तुसी किन्ना देना इहनूं, उह भी गिला भी रखना ते चिपचिपा ना होवे, पानी ओवर ना होवे। जदों असीं मिट्टी मिक्स करते हैं ना सब नूं पहला इहदा देखदे हां भी थले जिहड़ी ठिप्पी रखदे हां उहनूं इदां रख के उहदे ते घग्गर सैंड पाउंदे हां भी मिट्टी ते जिहड़ी ठिप्पी आ उहदा मेल ना होवे, उह गाड़ दा कम करे जी, पाणी ना खड़े जिहनूं पाणी नहीं खड़न देणा ते पाणी दा बहुत इहदे ते उल्टा प्रभाव पैंदा। अच्छा जी, तो ये सारिया चीज़ों का ध्यान रखना पैंदा है। हुण अंकल जी नूं तां प्रैक्टिस हो चुकी है, एक बार फिर तो अपना प्राइज लैके घर जाणगे। तो तुसीं देख रहे हो इन्हां दी प्रेजेंटेशन किन्ने सोहणे तरीके नाल रख्या होया, एक त्रिकोण बणिया फिर एक होर ट्राइंगल अंदर बणिया उहदे अंदर येलो फ्लावर्स जिहड़े कि बहुत ज़्यादा इस पूरे गुलदौती की रौनक बन के आए ने। तो यह फ्लावर फैसटिवल हमेशा खुशियां ही लैके आंदा है। इदां दी होर वधेरी वीडियोज़ लई तुसीं देखदे रहो लुधियाना टाइम्स, कैमरामैन सतवंत मठारू दे नाल मैं प्रबलीन कौर।